ਇੱਕ ਰਿਪੋਰਟ ਆ ਕਿ ਬੁਰਕੇ ਚੋਂ ਬਾਹਰ ਆਉਣ ਲੱਗ ਪਈਆਂ ਪਾਕਿਸਤਾਨ ਦੀਆਂ ਔਰਤਾਂ ਪਾਕਿਸਤਾਨ 'ਚ ਹੁਣ ਔਰਤਾਂ ਬੁਰਕੇ ਚੋਂ ਬਾਹਰ ਆਉਣ ਲੱਗੀਆਂ ਪੰਜਾਬ 'ਚ ਭਾਰਤ-ਪਾਕਿਸਤਾਨ ਸਰਹੱਦ ਉੱਤੇ ਅਮਰਤਸਰ 'ਚ ਵਾਗਾ ਟਾਰੀ ਫੌਜ ਪਰਚ ਸੈਣੀ ਵਾਲਾ ਤੇ ਫਾਜ਼ਲਕਾ ਦੇ ਸਾਧਕੀ ਬਾਰਡਰ ਤੇ ਹੋਣ ਵਾਲੀ ਰੀਟ੍ਰੀਟ ਸੈਰਾਬਾਨੀ 'ਚ ਪਾਕਿਸਤਾਨ ਦੀ ਗੈਲਰੀ 'ਚ ਆਉਣ ਵਾਲੀਆਂ ਜ਼ਿਆਦਾਤਰ ਔਰਤਾਂ ਹੁਣ ਬੁਰਕੇ ਤੋਂ ਬਿਨਾ ਨਜ਼ਰ ਆਉਂਦੀਆਂ ਰਿਪੋਰਟਾਂ ਅਨੁਸਾਰ ਹਾਲਾਂਕਿ ਪਾਕਿਸਤਾਨ ਚ ਆਰਥਿਕ ਤੇ ਸਿਆਸੀ ਸੰਕਟ ਤੋਂ ਬਾਅਦ ਪਾਕਿਸਤਾਨੀ ਗੈਲਰੀ ਚ ਆਉਣ ਵਾਲੇ ਪਾਕਿਸਤਾਨੀ ਲੋਕਾਂ ਦੀ ਗਿਣਤੀ ਘਟ ਗਈ ਹੈ ਪਰ ਪਾਕਿਸਤਾਨੀ ਰੇਂਜਰਾਂ ਦਾ ਹੌਸਲਾ ਵਧਾਉਣ ਲਈ ਹੁਣ ਪਾਕਿਸਤਾਨੀ ਸਕੂਲਾਂ ਦੇ ਬੱਚਿਆਂ ਨੂੰ ਪ੍ਰੇਡ ਵਿੱਚ ਲਿਆਂਦਾ ਜਾ ਰਿਹਾ ਹੈ ਜਦੋਂ ਕਿ ਭਾਰਤ ਦੀ ਗੈਲਰੀ ਚ ਫਲੈਗ ਹੋਸਰਸ ਰਸਮ ਦੀ ਸ਼ਾਮਲ ਹੈ ਲੋਕਾਂ ਦਾ ਜੋਸ਼ ਭਾਰਤ ਦੇ ਬਾਦੇ ਕਦਮਾਂ ਦੀ ਕਹਾਣੀ ਬਿਆਨ ਕਰਦਾ ਹੈ ਇਸ ਰਸਮ ਨੂੰ ਵੇਖਣ ਲਈ ਦੋਵਾਂ ਦੇਸ਼ਾਂ ਨੇ ਸਰਾਤ ਦੇ ਨਾਲ ਲੱਗਦੇ ਤਿੰਨੋਂ ਇਲਾਕਿਆਂ 'ਚ ਸ਼ਾਨਦਾਰ ਪਵੇਲੀਅਨ ਦਾ ਵੀ ਨਿਰਮਾਣ ਕੀਤਾ ਹੈ। ਹਰ ਦਿਨ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਲੋਕ ਇਸ ਫਲੈਗ ਹੋਸਟਿੰਗ ਦੀ ਸ cerimoni ਨੂੰ ਵੇਖਣ ਲਈ ਆਉਂਦੇ ਆ। ਅਮਰਸਰ ਵਿਖੇ ਬਾਗਾਟਾਰੀ ਸਰਾਤੇ ਭਾਰਤ ਵਾਲੇ ਪਾਸੇ ਬਣੇ ਸਟੇਡੀਅਮ 'ਚ 25000 ਦਰਸ਼ਕਾਂ ਦੇ ਬੈਣ ਦੀ ਸਮਰੱਥਾ ਜਦਕਿ ਪਾਕਿਸਤਾਨ ਦੇ ਪਾਸੇ ਵਾਲੀ ਗੈਲਰੀ 'ਚ 10000 ਦਰਸ਼ਕ ਬਹਿ ਸਕਦੇ ਆ। ਵਾਰਤਵਾਰੀ ਗੈਲਰੀ 'ਚ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਲੋਕ ਵੀ ਆਉਂਦੇ ਨੇ ਇਹ ਸਟੇਡੀਅਮ ਨੋਮਾ ਗੈਲਰੀ ਭਰੀ ਹੁੰਦੀ ਹੈ ਨਕੋਂ ਨਕ ਪਰ ਪਾਕਿਸਤਾਨ ਵਾਲੀ ਛੋਟੀ ਗੈਲੀ 'ਚ ਬੈਠ ਕੇ ਆਪਣਾ ਵੇਖਣ ਵਾਲੇ ਦਰਸ਼ਕ ਕਾਟੀ ਹੁੰਦੇ ਨੇ ਪਰ ਜੁਮੇ ਯਾਨੀ ਸ਼ੁੱਕਰਵਾਰ ਦੇ ਦਿਨ ਆਮ ਦਿਨਾਂ ਨਾਲੋਂ ਜ਼ਿਆਦਾ ਭੀੜ ਦਿਖਾਈ ਦਿੰਦੀ ਹੈ ਫਰੋਜ਼ਪੁਰ 'ਚ ਸੈਣੀ ਵਾਲਾ ਗੰਡਾ ਸਿੰਘ ਵਾਲਾ ਸਰਾਦ ਉਤੇ ਲਗਭਗ ਐਸੀ ਹੀ ਸਥਿਤੀ ਹੁੰਦੀ ਹੈ ਮੁਹੰਮਦ ਅਲੀ ਜਨਾਹ ਦੀ ਫੋਟੋ ਵਾਲੀ ਪਾਕਿਸਤਾਨ ਦੀ ਛੋਟੀ ਬਣੀ ਗੈਲਰੀ 'ਚ ਹੁਣ ਅਕਸਰ ਜ਼ਿਆਦਾ ਸਕੂਲੀ ਬੱਚੇ ਨਜ਼ਰ ਆਉਂਦੇ ਐ। ਪ੍ਰੇਡ ਸ਼ੁਰੂ ਤੋਂ ਹੀ ਹੁੰਦੇ ਪਾਕਿਸਤਾਨੀ ਰੇਂਜਰ ਉਹਨਾਂ ਬੱਚਿਆਰੋਂ ਪਾਕਿਸਤਾਨੀ ਝੰਡੇ ਫੜਾ ਕੇ ਪਾਕਿਸਤਾਨ ਦੇ ਪੱਖ 'ਚ ਨਾਰੇਬਾਜ਼ੀ ਕਰਨ ਲਈ ਇਕਸਾਉਂਦੇ ਨਜ਼ਰ ਆਉਂਦੇ ਐ। ਤਾਂ ਜੋ ਭਾਰਤ ਦੀ ਗੈਲਰੀ ਵਿੱਚ ਲੋਕਾਂ ਦੇ ਜੋਸ਼ ਦਾ ਮੁਕਾਬਲਾ ਕੀਤਾ ਜਾ ਸਕੇ। ਪਰ ਭਾਰਤੀ ਲੋਕਾਂ ਦਾ ਜੋਸ਼ ਛੇਠ ਪਾਕਿਸਤਾਨੀ ਆਵਾਮ ਤੇ ਰੇਂਜਰਸ ਦੀ ਪ੍ਰੇਡ ਦੀ ਆਵਾਜ਼ ਦਬ ਕੇ ਰਹਿ ਜਾਂਦੀ ਐ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵੱਲੋਂ ਇਹ ਦ੍ਰਿਸ਼ ਵੀ ਆਉਣ ਲੱਗਾ ਹੈ ਕਿ ਪਾਕਿਸਤਾਨੀ ਔਰਤਾਂ ਬੁਰਕੇ ਚੋਂ ਬਾਹਰ ਆਉਣ ਲੱਗ ਪਈਆਂ ਨੇ ਇਹ ਇੱਕ ਰਿਪੋਰਟ ਪੇਸ਼ ਕਰ ਸੀ ਨਿੰਦਰ ਕੁਗਿਆਨ ਪੀ